ਜਦੋਂ ਮੈਂ ਕੈਂਡੀਡੇਟ ਇੱਕ ਸਾਈਡ 'ਤੇ ਕਰਤੇ ਕਿ ਲੈ ਜਾਓ ਤਾਂ ਉਹ ਗੱਡੀਆਂ 'ਚ ਬਹਿ ਗਏ। ਮੈਂ ਗੱਡੀ ਦੇ ਅੱਗੇ ਹੋ ਕੇ ਗੱਡੀ ਰੋਕੀ, ਮੈਂ ਕਿਹਾ ਐਸ ਪੀ ਸਾਹਿਬ ਇਹ ਡੀ ਐਸ ਪੀ ਸਾਡੇ ਬੰਦੇ ਮਰਾਉਣਾ ਚਾਹੁੰਦਾ। ਸਾਨੂੰ ਸਿਟੀ ਐਸ ਐਚ ਓ ਕਹਿੰਦੇ ਕਿ ਚਲੋ ਆਪਾਂ ਚੱਲੀਏ ਅਤੇ ਇਕੱਲੇ ਦੂਜੇ ਹੀ ਅੰਦਰ ਜਾਣਗੇ। ਔਰ ਉਹਨਾਂ ਨੇ ਸਾਡੇ 'ਤੇ ਪਥਰਾਅ ਵੀ ਕੀਤਾ, ਗੋਲੀ ਵੀ ਚਲਾਈ, ਔਰ ਭੀੜ ਦੇ ਵਿੱਚ ਜਿਹੜਾ ਸੀ ਕਿ ਮੇਰੇ 'ਤੇ ਜਿਹੜਾ ਕਿ ਉਹ ਗੁਰਪ੍ਰੀਤ ਸਿੰਘ ਨੇ ਜਿਹੜਾ ਕਿ ਉਹ ਵਾਰ ਵੀ ਕੀਤਾ। ਗੈਂਗਸਟਰ ਜਿਨ੍ਹਾਂ 'ਤੇ ਪਰਚੇ ਨੇ, ਜਿਨ੍ਹਾਂ ਨੂੰ ਪੁਲਿਸ ਚਾਹਵਾਂ ਪਿਆਉਂਦੀ ਏ, ਉਹ ਲੋਕ ਸੀਗੇ, ਆਮ ਆਦਮੀ ਪਾਰਟੀ ਦੇ ਸੀਗੇ। ਐਸ ਐਸ ਪੀ ਦੇ ਧਿਆਨ 'ਚ ਵੀ ਲਿਆਂਦਾ ਕਿ ਇਹ ਜਿਹੜਾ ਕਿ ਡੀ ਐਸ ਪੀ ਕਹਿ ਰਿਹਾ ਕਿ ਪੀਸਫੁੱਲ ਚੱਲ ਰਿਹਾ, ਪੀਸਫੁੱਲ ਕੁਛ ਨਹੀਂ ਗਾ ਕਿਉਂਕਿ ਮੇਰੇ ਪਹਿਲਾਂ ਵਰਕਰ ਦੀ ਗੱਡੀ ਭੰਨੀ ਗਈ। ਫਿਰ ਇਹ ਆ ਕਿ ਬਾਜ਼ਾਰ ਦੇ ਵਿੱਚ ਜਿਹੜਾ ਵੀ ਮੇਰਾ ਬੰਦਾ ਫਾਈਲ ਲੈ ਕੇ ਗਿਆ, ਇਹਨਾਂ ਨੇ ਉਹਦੇ ਮਗਰ ਲਾ ਕੇ ਉਹਨੂੰ ਭਜਾਇਆ ਕਿਰਪਾਨਾਂ ਲੈ ਕੇ। ਫਿਰੋਜ਼ਪੁਰ ਦੇ ਕਸਬਾ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੇ ਚੱਲਦਿਆਂ ਜ਼ਿਲ੍ਹਾ ਦੇ ਵਿੱਚ ਹਾਲਾਤ ਅੱਜ ਬੜੇ ਤਣਾਅਪੂਰਨ ਹੋਏ, ਔਰ ਕਾਂਗਰਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆਹਮਣੇ ਸਾਹਮਣੇ ਹੋਏ, ਔਰ ਉਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰਿੰਗ ਕੀਤੀ, ਔਰ ਇਸ ਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ ਕੁਲਬੀਰ ਸਿੰਘ ਜ਼ਿਲ੍ਹਾ, ਉਹ ਖੁਦ ਜਿਹੜਾ ਉਹ ਵੀ ਜ਼ਖਮੀ ਹੋ ਗਏ ਨੇ, ਔਰ ਉਹਨਾਂ ਦਾ ਇਲਾਜ ਫਿਰੋਜ਼ਪੁਰ ਦੇ ਕਸਬਾ ਜ਼ਿਲ੍ਹਾ ਦਾ ਜਿਹੜਾ ਸਿਵਲ ਹਸਪਤਾਲ ਹੈ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਦੇਖ ਸਕਦੇ ਹੋ ਤਸਵੀਰਾਂ ਕਿ ਕੁਲਬੀਰ ਸਿੰਘ ਜ਼ਿਲ੍ਹਾ ਜਿਹੜੇ ਨੇ ਕਾਂਗਰਸੀ ਨੇਤਾ ਨੇ, ਔਰ ਇਹ ਵੀ ਜ਼ਖਮੀ ਹੋਇਆ, ਖੂਨ ਨਾਲ ਲੱਤਪੱਤ ਨੇ, ਔਰ ਇਹਨਾਂ ਨਾਲ ਗੱਲ ਕਰਦੇ ਹਾਂ। ਸਰ, ਕੀ ਉੱਥੇ ਮਾਹੌਲ ਸੀਗਾ, ਕਿਵੇਂ ਤੁਹਾਡੇ ਕੀ ਚੀਜ਼ ਵੱਜੀ, ਕਿਵੇਂ ਤੁਸੀਂ ਇੰਜਰਡ ਹੋਏ? ਗੱਲ ਇਹ ਆ ਕਿ ਅਸੀਂ ਅੱਜ ਨੋਮੀਨੇਸ਼ਨ ਦਾਖਲ ਕਰਨੇ ਸੀ ਬਲੋਕ ਜ਼ਿਲ੍ਹਾ ਦੇ, ਔਰ 4 ਤਰੀਕ ਨੂੰ ਅਸੀਂ ਮਖੂ ਦੇ ਕਰਨੇ ਸੀਗੇ, ਅਤੇ ਸਾਡੇ ਕੋਲ 11 ਵਜੇ ਜਿਹੜੀ ਆ ਐਸ ਐਚ ਓ ਸਿਟੀ ਫੋਰਸ ਲੈ ਕੇ ਆਉਂਦਾ, ਔਰ ਉਹਨੇ ਮੇਰੀ ਡੀ ਐਸ ਪੀ ਜ਼ਿਲ੍ਹਾ ਨਾਲ ਗੱਲ ਕਰਾਉਂਦਾ, ਕਹਿੰਦਾ ਕਿ ਤੁਸੀਂ ਉੱਥੇ ਨਾ ਆਓ ਅਤੇ ਅਸੀਂ ਜਿਹੜੇ ਪੇਪਰ ਦਾਖਲ ਕਰਾਵਾਂਗੇ ਤੁਹਾਡੇ, ਅਤੇ ਅਸੀਂ ਆਪਦੀਆਂ ਬੱਸਾਂ ਲੈ ਕੇ ਆਵਾਂਗੇ, ਉਹਨਾਂ 'ਚ ਬਿਠਾ ਕੇ ਤੁਹਾਡੇ ਉਮੀਦਵਾਰ ਲੈ ਜਾਵਾਂਗੇ, ਔਰ ਪੇਪਰ ਦਾਖਲ ਕਰਾ ਕੇ ਘਰੇ ਛੱਡ ਜਾਵਾਂਗੇ। ਤਾਂ ਸਾਨੂੰ ਇੱਕ ਬੇਵਕੂਫ ਬਣਾਇਆ ਜਾ ਰਿਹਾ ਸੀ। ਮੈਂ ਧਿਆਨ 'ਚ ਲਿਆਂਦਾ ਕਿ ਡੀ ਜੀ ਪੀ ਦੇ ਵੀ, ਇਹ ਡੀ ਜੀ ਪੀ ਆਪਣਾ ਲੋਅ ਐਂਡ ਆਰਡਰ ਦੇ ਵੀ, ਐਸ ਐਸ ਪੀ ਦੇ ਧਿਆਨ 'ਚ ਵੀ ਲਿਆਂਦਾ ਕਿ ਇਹ ਜਿਹੜਾ ਕਿ ਡੀ ਐਸ ਪੀ ਕਹਿ ਰਿਹਾ ਕਿ ਪੀਸਫੁੱਲ ਚੱਲ ਰਿਹਾ, ਪੀਸਫੁੱਲ ਕੁਛ ਨਹੀਂ ਗਾ ਕਿਉਂਕਿ ਮੇਰੇ ਪਹਿਲਾਂ ਵਰਕਰ ਦੀ ਗੱਡੀ ਭੰਨੀ ਗਈ। ਫਿਰ ਇਹ ਆ ਕਿ ਬਾਜ਼ਾਰ ਦੇ ਵਿੱਚ ਜਿਹੜਾ ਵੀ ਮੇਰਾ ਬੰਦਾ ਫਾਈਲ ਲੈ ਕੇ ਗਿਆ, ਇਹਨਾਂ ਨੇ ਉਹਦੇ ਮਗਰ ਲਾ ਕੇ ਉਹਨੂੰ ਭਜਾਇਆ ਕਿਰਪਾਨਾਂ ਲੈ ਕੇ। ਉਸ ਤੋਂ ਬਾਅਦ ਜਦੋਂ 1:30 ਵੱਜ ਗਿਆ ਤਾਂ ਅਸੀਂ ਇਹਨਾਂ ਨੂੰ ਫਿਰ ਕਿਹਾ ਕਿ ਕੋਈ ਬੱਸ ਨਹੀਂ ਆ ਰਹੀ, ਕੋਈ ਕੁਛ ਨਹੀਂ ਆ ਰਿਹਾ, ਅਤੇ ਆਪਾਂ ਨੋਮੀਨੇਸ਼ਨ ਦਾ ਟਾਈਮ ਜਿਹੜਾ ਲੰਘਦਾ ਜਾ ਰਿਹਾ, ਅਸੀਂ ਸਾਨੂੰ ਪੁਲਿਸ ਕਹਿੰਦੀ ਕਿ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਸਾਨੂੰ ਐਸ ਐਚ ਓ ਸਿਟੀ ਨਾਲ ਲੈ ਕੇ ਆਇਆ, ਔਰ ਨਾਲ ਲਿਆ ਕੇ ਉਦੋਂ ਬਾਅਦ ਦੇ ਵਿੱਚ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਡੀ ਐਸ ਪੀ ਜ਼ਿਲ੍ਹਾ ਅਤੇ ਐਸ ਪੀ ਫਾਜ਼ਿਲਕਾ ਜਿਹੜੇ ਸੀਗੇ ਉਹ ਆਏ, ਉਹ ਅੱਗੋਂ ਕਹਿੰਦੇ ਕਿ ਤੁਸੀਂ ਇਕੱਲੇ ਕੈਂਡੀਡੇਟ ਸਾਡੇ ਨਾਲ ਭੇਜ ਦਿਓ। ਮੈਂ ਕਿਹਾ ਠੀਕ ਆ, ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿਣਾ, ਤੁਸੀਂ ਕੈਂਡੀਡੇਟ ਸਾਰੇ ਨਾਲ ਚਲੇ ਜਾਓ। ਜਦੋਂ ਮੈਂ ਕੈਂਡੀਡੇਟ ਇੱਕ ਸਾਈਡ 'ਤੇ ਕਰਤੇ ਕਿ ਲੈ ਜਾਓ ਤਾਂ ਉਹ ਗੱਡੀਆਂ 'ਚ ਬਹਿ ਗਏ। ਮੈਂ ਗੱਡੀ ਦੇ ਅੱਗੇ ਹੋ ਕੇ ਗੱਡੀ ਰੋਕੀ, ਮੈਂ ਕਿਹਾ ਐਸ ਪੀ ਸਾਹਿਬ ਇਹ ਡੀ ਐਸ ਪੀ ਸਾਡੇ ਬੰਦੇ ਮਰਾਉਣਾ ਚਾਹੁੰਦਾ, ਅਤੇ ਇਸ ਕਰਕੇ ਜਾਂ ਤਾਂ ਤੁਸੀਂ ਨਾਲ ਲੈ ਕੇ ਜਾਓ ਅਤੇ ਨਹੀਂ ਤਾਂ ਅਸੀਂ ਜਾਂਦੇ ਹਾਂ, ਅਤੇ ਤੁਸੀਂ ਇਹਨਾਂ ਨੂੰ ਅੰਦਰ ਲੈ ਜਾਓ ਸਕੂਲ ਦੇ, ਅਸੀਂ ਸਾਰੇ ਬਾਹਰ ਵੇਟ ਕਰ ਲਾਂਗੇ। ਅਤੇ ਸਾਨੂੰ ਡੀ ਐਸ ਪੀ ਕਹਿੰਦਾ ਜੀ ਤੁਸੀਂ 2 ਮਿੰਟ ਰੁਕੋ ਮੈਂ ਆਉਂਦਾ, ਅਤੇ ਅਸੀਂ ਉੱਧਰੋਂ ਸਾਨੂੰ ਐਸ ਪੀ ਸਾਹਿਬ ਉੱਥੇ ਰੋਕ ਕੇ ਗਏ, ਅਤੇ ਫਿਰ ਸਾਨੂੰ ਸਿਟੀ ਐਸ ਐਚ ਓ ਕਹਿੰਦੇ ਕਿ ਚਲੋ ਆਪਾਂ ਚੱਲੀਏ, ਅਤੇ ਇਕੱਲੇ ਦੂਜੇ ਹੀ ਅੰਦਰ ਜਾਣਗੇ ਜਿਨ੍ਹਾਂ ਨੇ ਕਾਗਜ਼ ਦਾਖਲ ਕਰਨੇ ਆ। ਤਾਂ ਅੱਗੋਂ ਉਹ ਹੀ ਡੀ ਐਸ ਪੀ ਜਿਹੜੀ ਰੋੜਿਆਂ ਦੀ ਭਰੀ ਟਰਾਲੀ ਸੀ ਉਹ ਹੀ ਅੱਗੋਂ ਲੈ ਕੇ ਆ ਰਿਹਾ ਸੀ, ਅਤੇ ਜਿਹੜੀ ਭੀੜ ਸੀ ਉਹ ਅੱਗੋਂ ਆਉਂਦੀ ਪਈ ਸੀ, ਔਰ ਉਹਨਾਂ ਨੇ ਸਾਡੇ 'ਤੇ ਪਥਰਾਅ ਵੀ ਕੀਤਾ, ਗੋਲੀ ਵੀ ਚਲਾਈ, ਔਰ ਭੀੜ ਦੇ ਵਿੱਚ ਜਿਹੜਾ ਸੀ ਕਿ ਮੇਰੇ 'ਤੇ ਜਿਹੜਾ ਕਿ ਉਹ ਗੁਰਪ੍ਰੀਤ ਸਿੰਘ ਨੇ ਜਿਹੜਾ ਕਿ ਉਹ ਵਾਰ ਵੀ ਕੀਤਾ। ਕਿਹੜੀ ਚੀਜ਼ ਨਾਲ ਕੀਤਾ ਗਿਆ, ਕਿ ਤੁਹਾਡੀ ਗੋਲੀ ਲੱਗੀ ਹੈ ਜਾਂ ਕੁਛ? ਕਿਰਪਾਨ ਸੀਗੀ ਅਤੇ ਉਹਦੇ ਨਾਲ ਮੇਰੇ 'ਤੇ ਜਿਹੜਾ ਕਿ ਵਾਰ ਕੀਤਾ। ਜੀਰਾ ਸਾਹਿਬ, ਇੱਕ ਬੜਾ ਅਹਿਮ ਸਵਾਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਾਹਮਣੇ ਭੀੜ ਆ ਰਹੀ ਸੀ, ਕੀ ਭੀੜ ਆਮ ਲੋਕ ਸੀ ਜਾਂ ਕੋਈ ਰਾਜਨੀਤਿਕ ਲੋਕ ਸੀ, ਕੌਣ ਸੀ? ਗੈਂਗਸਟਰ ਜਿਨ੍ਹਾਂ 'ਤੇ ਪਰਚੇ ਨੇ, ਜਿਨ੍ਹਾਂ ਨੂੰ ਪੁਲਿਸ ਚਾਹਵਾਂ ਪਿਆਉਂਦੀ ਏ, ਉਹ ਲੋਕ ਸੀਗੇ, ਆਮ ਆਦਮੀ ਪਾਰਟੀ ਦੇ ਸੀਗੇ,
ਔਰ ਸਵੇਰੇ MLA ਦੇ ਮੁੰਡੇ ਨੇ ਪੋਸਟ ਪਾਈ ਕਿ ਅੱਜ ਤਕੜੇ ਹੋ, ਅੱਜ ਨਿਬੜਨਾ ਇਹਨਾਂ ਦੇ ਨਾਲ। ਮੈਂ 6:30 ਵਜੇ DGP ਦੇ ਧਿਆਨ ਦੇ ਵਿੱਚ ਲਿਆਂਦਾ, ਉਸ ਤੋਂ ਬਾਅਦ ਲਾਅ ਐਂਡ ਆਰਡਰ ਦੇ ਧਿਆਨ ਦੇ ਵਿੱਚ DGP ਦੇ ਲਿਆਂਦਾ। ਔਰ ਕੱਲ੍ਹ ਵੀ ਅਸੀਂ SSP ਮੈਡਮ ਨੂੰ ਮਿਲ ਕੇ ਆਏ, ਧਰਨਾ ਵੀ ਫਿਰੋਜ਼ਪੁਰ ਵਿਖੇ ਦਿੱਤਾ ਕਿ ਬਹੁਤ ਬੁਰੇ ਹਾਲਾਤ, ਨਾ ਚੁੱਲ੍ਹਾ ਟੈਕਸ ਦਿੱਤਾ ਜਾ ਰਿਹਾ ਕਿਸੇ ਨੂੰ, ਨਾ NOC ਦਿੱਤੀ ਜਾ ਰਹੀ ਹੈ, ਅਤੇ ਪੁਲਿਸ ਨੇ ਜਿਹੜਾ ਵਸਾ ਕੇ ਜਿਹੜਾ ਕਿ ਮੇਰੇ ਬੰਦਿਆਂ ਨੂੰ ਜਿਹੜਾ ਕਿ ਮਰਵਾਇਆ। ਜਿਹੜਾ ਸਾਹਿਬ ਤੁਸੀਂ ਵੱਡੇ ਲੀਡਰ ਹੋ, ਉਹ ਸਿੱਧਾ ਸਿੱਧਾ ਤੁਸੀਂ ਪੁਲਿਸ 'ਤੇ ਐਲੀਗੇਸ਼ਨ ਕਰ ਰਹੇ ਹੋ, ਭੀੜ 'ਤੇ ਕਰ ਰਹੇ ਹੋ, ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾ ਰਹੇ ਹੋ, ਕੀ ਤੁਹਾਡਾ ਮੰਨਣਾ ਕਿ ਪੁਲਿਸ ਇਹ ਚੁਣਾਵ ਜਿਹੜੇ ਹੈ ਉਹ ਪੀਸਫੁਲੀ ਜਾਂ ਆਰਾਮ ਨਾਲ ਨਹੀਂ ਕਰਾ ਪਾਏਗੀ? ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਕਹਿੰਦਾ ਮੈਨੂੰ ਪੁਲਿਸ 'ਤੇ ਇਤਬਾਰ ਨਹੀਂ। ਜੇ ਤੁਸੀਂ ਪੀਸਫੁਲੀ ਕਰਾਉਣਾ ਚਾਹੁੰਦੇ ਹੋ ਤਾਂ ਇਹੋ ਜਿਹੇ ਅਫਸਰਾਂ ਨੂੰ ਇੱਥੋਂ ਤੁਰੰਤ ਸਸਪੈਂਡ ਕੀਤਾ ਜਾਵੇ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਕਿ ਜਿਨ੍ਹਾਂ ਦੇ ਇੱਥੇ ਹੁੰਦਿਆਂ ਇਹ ਕੁਛ ਉਹਨਾਂ ਨੇ ਕਰਵਾਇਆ। ਔਰ ਉਸ ਤੋਂ ਬਾਅਦ ਦੇ ਵਿੱਚ ਸਾਡੇ ਜਿਹੜੇ ਸਰਪੰਚਾਂ ਦੇ ਜਿਹੜੇ ਕਾਗਜ਼ ਆ ਉਹ ਦਾਖਲ ਕਰਾਏ ਜਾਣ, ਤਾਂ ਕਿ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ, ਕਿਉਂਕਿ ਅੱਗੇ ਵੀ MP 'ਚ ਇਹਨਾਂ ਨੂੰ ਪਿੰਡਾਂ 'ਚੋਂ 20-20 ਵੋਟਾਂ ਪਈਆਂ ਨੇ, ਅਤੇ ਆਪਦੀ ਹਾਰ ਨੂੰ ਇੱਕ ਇਹਨਾਂ ਨੇ ਹਲਕਾ ਜਿਹੜਾ ਉਹ ਸਾਰਾ ਵਿਕਾਊ ਕਰਤਾ, ਔਰ 20-20 ਲੱਖ ਰੁਪਈਆ ਜਿਹੜਾ ਕਿ ਸਰਪੰਚਾਂ ਤੋਂ ਲੈ ਕੇ ਸਰਪੰਚ ਬਣਾਇਆ। ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈ ਨਰੇਸ਼ ਕਟਾਰੀਆ ਕਹਿ ਰਹੇ ਆ ਕਿ ਮੇਰੀ ਗਵਾਹੀ ਸ਼ਰੀਫ ਦੀ, ਰਾਜਾ ਵੜਿੰਗ ਵੀ ਭਰਦੇ ਆ ਕਿ ਮੈਂ ਸ਼ਰੀਫ ਇੱਕ ਇਮਾਨਦਾਰ ਅਤੇ ਸ਼ਰੀਫ ਵਿਧਾਇਕ ਹਾਂ ਔਰ ਮੈਂ ਕਿਸੇ 'ਤੇ ਹਮਲਾ ਨਹੀਂ ਕੀਤਾ, ਇਹ ਖੁਦ ਕਾਂਗਰਸੀਆਂ ਨੇ ਆਪਦੇ ਆਪਸ 'ਚ। ਗੱਲ ਇਹ ਆ ਕਿ ਜਿਹੜੇ ਸ਼ਰੀਫੀ ਵਾਲੇ ਝੰਡੇ ਦੀਰੇ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ, ਜਿਹੜੀ ਉਹਦੇ ਬੇਟੇ ਨੇ ਪੋਸਟ ਪਾਈ ਉਹ ਦੇਖ ਸਕਦੇ ਹੋ, ਅਤੇ ਇਹੋ ਜਿਹੇ ਸ਼ਰੀਫ MLA ਅਤੇ ਜਿਹੜੇ ਪਰਚੇ ਜਿਹੜੇ ਮੋਗੇ ਦੇ ਵਿੱਚ ਉਹ ਵੇਖ ਲਿਆ ਜੇ ਕਾਹਦੇ 'ਚੋਂ ਬਰੀ ਹੋਇਆ ਹੈ। ਜੀਰਾ ਸਾਹਿਬ ਇੱਕ ਹੋਰ ਇੱਕ ਸਵਾਲ ਹੈ ਕਿ ਇਲੈਕਸ਼ਨ ਕਮਿਸ਼ਨ ਕੋਲ ਤੁਸੀਂ ਮੰਗ ਕਰ ਰਹੇ ਹੋ ਔਰ ਕਿਤੇ ਨਾ ਕਿਤੇ ਤੁਸੀਂ ਪਾਰਟੀ ਹਾਈਕਮਾਂਡ ਜਾਂ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨਾਲ ਪਾਰਟੀ ਲੈਵਲ 'ਤੇ ਵੀ ਕੋਈ ਗੱਲਬਾਤ ਕੀਤੀ ਹੈ ਜਾਂ ਕੋਈ ਅਗਲੀ ਰਣਨੀਤੀ ਕੋਈ ਤੁਹਾਡੀ? ਰਾਜਾ ਵੜਿੰਗ ਜੀ ਦੀ ਵੀ ਗੱਲ ਹੋਈ ਹੈ, ਮੈਨੂੰ ਚੰਨੀ ਸਾਹਿਬ ਦੀ ਕੌਲ ਵੀ ਆਈ ਹੈ ਔਰ ਮੈਨੂੰ ਰੰਧਾਵਾ ਸਾਹਿਬ ਦੀ ਕੌਲ ਆਈ, ਬਾਜਵਾ ਸਾਹਿਬ ਦੀ ਕੌਲ ਆਈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਾਗਜ਼ ਵੀ ਦਾਖਲ ਕਰਾਵਾਂਗੇ। ਹੋ ਸਕਦੇ ਰਾਜਾ ਜੀ ਕਹਿੰਦੇ ਕਿ ਮੈਂ 4 ਤਰੀਕ ਨੂੰ ਆਪ ਪਹੁੰਚਾਂ, ਚੰਨੀ ਸਾਹਿਬ ਵੀ ਕਹਿੰਦੇ ਕਿ ਅੱਜ ਮੈਂ ਫਰੀਦਾਬਾਦ ਹਾਂ ਅਤੇ ਮੈਂ ਤੁਹਾਡੇ ਕੋਲ ਪਹੁੰਚਾਂਗਾ। ਮੈਂ ਕਿਹਾ 4 ਨੂੰ ਮੈਂ ਨੋਮੀਨੇਸ਼ਨ ਕਰਨੀ ਹੈ ਅਤੇ ਵੱਡੀ ਲੀਡਰਸ਼ਿਪ ਸਾਰੀ ਆਵੇਗੀ, ਔਰ ਉਸ ਤੋਂ ਪਹਿਲਾਂ ਜਿਹੜੀ ਹੈ ਕਿ ਇਹ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਗੁੰਡੇ ਆ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਨਵਾਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨਵੇਂ ਲਾ ਕੇ ਉਹਨਾਂ ਦੀ ਰਹਿਨੁਮਾਈ ਹੇਠ ਜਿਹੜਾ ਕਿ ਇਲੈਕਸ਼ਨ ਹੋਣਾ ਚਾਹੀਦਾ। ਬਿਲਕੁਲ, ਇਹ ਸਨ ਜਿਹੜੇ ਜ਼ਖਮੀ ਹੋਏ ਆ ਕੁਲਬੀਰ ਸਿੰਘ ਜੀਰਾ, ਉਹਨਾਂ ਵੱਲੋਂ ਇੱਕ ਵੱਡੇ ਜਿਹੜੇ ਆ ਆਰੋਪ ਲਗਾਏ ਜਾ ਰਹੇ ਆ ਔਰ ਇਹ ਛੋਟੇ ਮੋਟੇ ਨਹੀਂ ਔਰ ਜਿਹੜੇ ਪੁਲਿਸ ਦੇ ਵੱਡੇ ਅਫਸਰ ਨੇ ਆਲਾ ਅਧਿਕਾਰੀ ਉਹਨਾਂ 'ਤੇ ਆਰੋਪ ਲਗਾਇਆ ਜਾ ਰਿਹਾ ਕਿ ਉਹਨਾਂ ਦੀ ਸਾਂਢਗਾੜ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਹੀ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਔਰ ਇਲੈਕਸ਼ਨ ਕਮਿਸ਼ਨ ਪੰਜਾਬ ਕੋਲੋਂ ਮੰਗ ਕਰ ਰਿਹਾ ਹੈ ਕਿ ਉਹ ਇਹ ਚੁਣਾਵਾਂ ਨੂੰ ਜਿਹੜਾ ਪੀਸਫੁਲੀ ਅਤੇ ਸਹੀ ਤਰੀਕੇ ਨਾਲ ਕਰਾਉਣ, ਜਿਹੜੇ ਉਹਨਾਂ ਨੇ 4 ਤਰੀਕ ਨੂੰ ਇੱਕ ਵਾਰ ਫਿਰ ਨੋਮੀਨੇਸ਼ਨ ਫਾਈਲ ਕਰਨੇ ਆ ਔਰ ਉਹਨਾਂ ਦੇ ਸਰਪੰਚਾਂ ਨੂੰ ਜਿਹੜਾ ਨਿਪੱਖ ਜਿਹੜੀ ਹੈ ਉਹਨਾਂ ਦੇ ਫਾਈਲ ਜਿਹੜੇ ਕਰਵਾਏ ਜਾਣ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪੰਜਾਬ।